ਬੀਤੇ ਦਿਨੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਚਾਟੀਵੰਡ ਨੇੜਿਓਂ ਗ੍ਰਿਫਤਾਰ ਕੀਤੇ ਗਏ ਪਾਕਿਸਤਾਨ ਫੌਜ ਦੇ ਖੁਫੀਆ ਜਸੂਸ ਰਵੀ ਕੁਮਾਰ ਨਿਵਾਸੀ ਡਾਲੇ ਕੇ ਮੋਗਾ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਕਤ ਜਸੂਸ ਨੂੰ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਫੌਜ ਦੀ ਖੁਫੀਆ ਏਜੰਸੀ ਲਈ ਜਸੂਸੀ ਕਰ ਰਹੇ ਰਵੀ ਕੁਮਾਰ ਨੂੰ ਵੀਰਵਾਰ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਫੌਜ ਦੇ ਨਾਲ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਸੀ। ਜਸੂਸ ਰਵੀ ਕੁਮਾਰ ਦੇ ਕਬਜ਼ੇ 'ਚੋਂ ਭਾਰਤੀ ਫੌਜ ਦੀ ਲੋਕੇਸ਼ਨ, ਫੌਜ ਦੇ ਵਾਹਨਾਂ ਦੀ ਮੂਵਮੈਂਟ, ਹੱਥ ਨਾਲ ਬਣਾਏ ਗਏ ਨਕਸ਼ੇ ਅਤੇ ਸੈਨਾ ਦੀ ਰਣਨੀਤੀ ਸੰਬੰਧੀ ਦਸਤਾਵੇਜ਼ ਤੋਂ ਇਲਾਵਾ ਮਨਾਹੀ ਵਾਲੇ ਇਲਾਕਿਆਂ ਦੇ ਟ੍ਰੇਨਿੰਗ ਮੈਨੂਅਲ ਵੀ ਬਰਾਮਦ ਹੋਏ ਸਨ। ਉੱਧਰ ਮੋਗਾ ਦੇ ਪਿੰਡ ਡਾਲੇਕੇ 'ਚ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਰਵੀ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਰਵੀ ਪਿਛਲੇ 10-12 ਸਾਲਾਂ ਤੋਂ ਕੋਕ ਦੀ ਕੰਪਨੀ ਵਿੱਚ ਕੰਮ ਕਰ ਰਿਹਾ ਸੀ ਅਤੇ ਉਸਦੇ ਮਾਲਕ ਨੇ ਵੀ ਰਵੀ ਕੁਮਾਰ ਨੂੰ ਇੱਕ ਚੰਗਾ ਇਨਸਾਨ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਰਵੀ ਕੁਮਾਰ ਕਿਸੇ ਦੇਸ਼ ਵਿਰੋਧੀ ਗਤੀਵਿਧੀ 'ਚ ਸ਼ਾਮਲ ਸੀ, ਇਸ ਬਾਰੇ ਉਹਨਾਂ ਨੂੰ ਕਦੇ ਵੀ ਕੋਈ ਸ਼ੱਕ ਨਹੀਂ ਹੋਇਆ ਹੈ। ਕਿਆ ਨਾਮ ਹੈ ਆਪਕਾ? ਅਨੀਤਾ ਰਾਣੀ। ਅਨੀਤਾ ਜੀ, ਜੋ ਪੁਲਿਸ ਕੇ ਦੁਆਰਾ ਰਵੀ ਕੋ ਪਕੜਾ ਗਿਆ, ਵੋ ਆਪਕਾ ਰਿਸ਼ਤੇ ਮੇਂ ਕਿਆ ਲਗਤਾ ਹੈ? ਮੇਰਾ ਦਿਓਰ ਹੈ ਜੀ। ਅੱਛਾ, ਤੋ ਪੁਲਿਸ ਨੇ ਕਬ ਪਕੜਾ ਉਨਕੋ, ਕੈਸੇ, ਕਹਾਂ ਸੇ ਪਕੜਾ? ਹਾਂ ਜੀ, ਘਰੋਂ ਹੀ ਫੜਿਆ ਵਾ, ਕਿ ਘਰੋਂ ਹੀ ਆਪਣਾ, ਘਰੇ ਹੀ ਸੀ, ਹਜੇ ਸਵੇਰ ਦਾ 7 ਵਜੇ ਦਾ ਟਾਈਮ ਸੀਗਾ। ਅੱਛਾ। ਹਾਂ ਜੀ, ਘਰੇ ਆਈ ਸੀ ਪੁਲਿਸ। ਕਿੰਨੇ ਪੁਲਿਸ ਵਾਲੇ ਥੇ, ਕਿਆ ਬਤਾਇਆ? 12 ਜਾਣੇ ਸੀਗੇ ਜੀ, ਕੁਛ ਨਹੀਂ ਬਤਾਇਆ ਉਹਨਾਂ ਨੇ, ਨਾ ਕੁਛ ਦੱਸਿਆ, ਬਸ ਇਹਨਾਂ ਤੋਂ ਰਵੀ ਵੀ ਦਿਓਰ ਤੋਂ ਪੁੱਛਿਆ ਵਾ, ਅਤੇ ਬਸ ਫਿਰ ਉਹਨੂੰ ਲੈ ਗਏ। ਸਾਡੇ ਨਾਲ ਕੋਈ ਗੱਲ ਨਹੀਂ ਹੋਏਗੀ, ਨਾ ਸਾਡੇ ਤੋਂ ਕੁਛ ਪੁੱਛਿਆ ਵਾ, ਕਿ ਨਾ ਸਾਨੂੰ ਕੁਛ ਦੱਸਿਆ ਵਾ। ਆਪ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ? ਕਿਸਕੋ, ਕਿਉਂ ਨਹੀਂ ਕਰਦੇ? ਹਾਂਜੀ, ਅਸੀਂ ਪੁੱਛਿਆ ਸੀਗਾ ਪਰ ਸਾਨੂੰ ਦੱਸਿਆ ਨਹੀਂ, ਅਤੇ ਅਸੀਂ ਬਥੇਰਾ ਪੁੱਛਿਆ ਉਹਨਾਂ ਤੋਂ ਕਿਹੜੀ ਗੱਲ ਲੈ ਕੇ ਜਾਂਦੇ, ਕੁਛ ਨਹੀਂ ਦੱਸਿਆ ਸਾਨੂੰ। ਤੋ ਕਿਆ ਬਤਾਇਆ ਉਹਨਾਂ ਨੇ, ਕਹਾਂ ਕੀ ਪੁਲਿਸ ਹੈ? ਅੰਮ੍ਰਿਤਸਰ ਤੋਂ ਆਏ ਸੀ। ਕਦੇ ਦੇਖਾ ਸੀ ਦੇਰ ਰਾਤ ਕੋ ਵੋ ਮੋਬਾਈਲੋਂ ਪਰ? ਬਿਲਕੁਲ ਵੀ ਨਹੀਂ, ਦੇਰ ਰਾਤ ਕੋ ਨਾ ਮੋਬਾਈਲ ਤੇ, ਕਭੀ ਵੀ ਨਹੀਂ। 10 ਦਿਨ ਹੋ ਗਏ ਮੈਨੂੰ, ਕਦੇ ਵੀ ਫੋਨ ਤੇ ਗੱਲ ਨਹੀਂ। ਟਾਈਮ ਨਾਲ ਆਉਂਦੇ ਸੀ, ਬਸ ਰੋਟੀ ਖਾਣਾ ਵੀ ਖਾ ਕੇ ਤੇ ਸੌ ਜਾਂਦੇ ਸੀ। ਰਵੀ ਕੁਮਾਰ ਹੈ ਜਿਸ ਦਾ ਨਾਮ, ਜੀ ਮੇਰੇ ਯਹਾਂ 12 ਸਾਲ ਸੇ ਕੰਮ ਕਰ ਰਿਹਾ ਹੈ, ਹੋਰ ਐਸਾ ਕੋਈ ਚੱਕਰ ਨਹੀਂ ਹੈ। ਸੁਬਹ ਮੇਰੇ ਪਾਸ 8 ਵਜੇ ਆਤਾ ਹੈ, ਰਾਤ ਕੋ 8 ਵਜੇ ਚਲੇ ਜਾਤਾ ਹੈ। ਇਸਕੀ ਮਾਰਕੀਟਿੰਗ ਕਰ ਰਿਹਾ, ਇਸਕਾ ਕਾਮ ਹੈ, ਮਾਰਕੀਟ ਮੇਂ ਜਾਤਾ ਹੈ ਸੁਬਹ ਸ਼ਾਮ ਤੱਕ। ਤੋ ਆਪਨੇ ਕਭੀ ਦੇਖਾ ਹੋ ਕਿ ਜੈਸੇ ਪੁਲਿਸ ਕਾ ਕਹਿਣਾ ਹੈ ਕਿ ਇਸਕੇ ਪਾਸ ਬਹੁਤ ਸਾਰੇ ਪੈਸੇ ਆਤੇ ਥੇ, ਜੈਸੇ ਬਾਹਰ ਸੇ ਬਣੇ। ਨਹੀਂ ਸਰ, ਪੈਸੇ ਕੇ ਲਈ ਤੋ ਇੱਕ ਕੇ ਪੈਸੇ ਕੇ ਲਈ ਰਸਤਾ ਤਾਂ ਐਸੀ ਕੋਈ ਬਾਤ ਹੀ ਨਹੀਂ ਹੈ। ਜੈਸੇ ਯੇ ਬਾਤ ਵੀ ਸਾਹਮਣੇ ਆ ਰਹੀ ਕਿ ਫਰਵਰੀ ਮਹੀਨੇ ਮੇਂ ਯੇ ਦੁਬਈ ਜਾ ਰਿਹਾ ਹੈ। ਹਾਂਜੀ, ਦੁਬਈ ਜ਼ਰੂਰ ਗਿਆ ਤਾ ਸਰ, 4 ਦਿਨ ਕੇ ਲੀਏ। ਤੋ ਜੈਸੇ ਆਪਨੇ ਬਤਾਇਆ ਕਿ ਪੈਸੋ ਕੀ ਕਿੱਲਤ ਰਹਿਤੀ ਥੀ, ਤੋ ਦੁਬਈ ਕੇ ਲੀਏ ਆਪਸੇ ਕੋਈ ਪੈਸੇ ਲੈ ਕੇ ਗਏ? ਨਹੀਂ ਸਰ, ਪੈਸੇ ਕੁਛ ਨਹੀਂ ਲੀਏ ਇਸ ਨੇ। ਇਸ ਨੇ ਮੇਰੇ ਕੋਲ ਫੋਨ ਕਿਹਾ ਵੀ ਮੈਨੇ ਜਾਣਾ ਹੈ 4 ਦਿਨ ਕੇ ਲੀਏ, ਮੇਰੇ ਕੋਲ ਫੋਨ ਆਇਆ ਰੂਟ 'ਤੇ, ਮੈਂ ਛੋੜ ਜਾ ਰਹੀ, ਤੁਸੀਂ ਕੰਮ ਘਟਾ, ਮੈਂ ਨਹੀਂ ਜਾਣਾ ਹੀ ਆਈ 4 ਦਿਨ ਕੇ ਲੀਏ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਦੇ ਨਾਲ ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ, ਪੰਜਾਬ ਟੂਡੇ।